ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਫ ਸਟੱਡੀ ਦੇ ਵਿੱਚ ਸੋ ਹਾਜ਼ਰਾਂ ਤੁਹਾਡੇ ਲਈ ਆਪਣੀ ਅੱਜ ਦੀ ਜਨਰਲ ਨੌਲੇਜ ਦੀ ਕਲਾਸ ਲੈ ਕੇ ਸੋ ਇਸ ਕਲਾਸ ਦੇ ਵਿੱਚ ਇਸ ਸੀਰੀਜ਼ ਦੇ ਵਿੱਚ ਆਪਾਂ ਤੁਹਾਡੇ ਲਈ ਪਿਛਲੇ ਸਾਲਾਂ ਦੇ ਵਿੱਚ ਜਿੰਨੇ ਵੀ ਇਗਜ਼ਾਮ ਹੋਏ ਨੇਗੇ ਉਹਨਾਂ ਦੇ ਇੰਪੋਰਟੈਂਟ ਕੁਐਸਚਨ ਲਿੰਕ ਜਿਹੜੇ ਲੈ ਕੇ ਆਉਣੇ ਹੁੰਦੇ ਆ ਸੋ ਸਾਰੇ ਹੀ ਇਗਜ਼ਾਮ ਤੇ ਵਾਸਤੇ ਇਹ ਸੀਰੀਜ਼ ਇੰਪੋਰਟੈਂਟ ਹੈਗੀ ਸੋ ਇਹ ਅੱਜ ਆਪਣੀ 8ਵੀਂ ਕਲਾਸ ਹੈਗੀ ਇਸ ਤੋਂ ਪਹਿਲਾਂ 7 ਕਲਾਸਾਂ ਹੋ ਚੁੱਕੇ ਨੇ ਇਹਨਾਂ ਦੀ ਪਲੇਲਿਸਟ ਹੈਗੀ ਜਿਹੜੀ ਆਪਾਂ ਨੇ ਬਣਾ ਦਿੱਤੀ ਹੈ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਨਾਲ ਹੀ ਜੇਕਰ ਪਹਿਲੀ ਵਾਰ ਚੈਨਲ ਦੇ ਨਾਲ ਜੁੜ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾਗਾ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਅਪਡੇਟ ਮਿਲਦੀ ਰਹੇ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤ ਇਸ ਤੋਂ ਬਾਅਦ ਅੱਗੇ ਵਧਦੇ ਹਾਂ ਜੀ ਸੋ ਜੇਕਰ ਤੁਸੀਂ ਕਿਸੇ ਵੀ ਇਗਜ਼ਾਮ ਦੇ ਨਾਲ ਰਿਲੇਟਡ ਸਟੱਡੀ ਨੋਟਸ ਲੇਗੇ ਜਿਹੜੇ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ Google ਦੇ ਉੱਤੇ ਸਰਚ ਕਰ ਲੈਣਾਗਾ ਪੰਜ ਆਫ ਸਟੱਡੀ ਉੱਥੇ ਤੁਹਾਨੂੰ ਆਪਣੀ ਵੈਬਸਾਈਟ ਮਿਲ ਜਾਏਗੀ ਤੇ ਜਾ ਕੇ ਤੁਸੀਂ ਸਬਜੈਕਟ ਵਾਈਜ਼ ਆਪਣੇ ਨੋਟਸ ਲੇਗੇ ਜਿਹੜੇ ਰੀਡ ਕਰ ਸਕਦੇ ਹੋ ਸੋ ਪਹਿਲੇ ਪ੍ਰਸ਼ਨ ਦੇ ਵੱਲ ਚੱਲਦੇ ਹਾਂ ਪ੍ਰਸ਼ਨ ਨੰਬਰ 1 ਭਾਰਤ ਦੇ ਵਿੱਚ ਜਿਹੜਾ ਰਾਜਪਾਲ ਹੈਗਾ ਰਾਜਪਾਲ ਦਾ ਪਦ ਹੈਗਾ ਜਿਹੜਾ ਠੀਕ ਹੈ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਪੋਸਟ ਆਫ ਗਵਰਨਰ 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 ਦੀ ਜਿਹੜੀ ਪੋਸਟ ਹੈਗੀ ਕਿਸ ਦੇਸ਼ ਦੇ ਸੰਵਿਧਾਨ ਤੋਂ ਇਹ ਲਈ ਗਈ ਹੈਗੀ অপশন এ ਅਮਰੀਕਾ B ইংল্যান্ড C ਕੈਨੇਡਾ D ਆਇਰਲੈਂਡ ਤਾਂ ਰਾਈਟ ਆਨਸਰ ਹੈਗਾ ਜਿਹੜਾ ਇਸ ਦਾ ਉਹ ਹੈ ਜੀ অপশন C ਕੈਨੇਡਾ ਦੇ ਸੰਵਿਧਾਨ ਤੋਂ ਹੈਗਾ ਜਿਹੜਾ ਇਹ ਲਿਆ ਗਿਆ ਰਾਜਪਾਲ ਦਾ ਪਾਤੇਗਾ ਜਿਹੜਾ ਠੀਕ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਦੇ ਵੱਲ ਸੰਸਾਰ ਭਰ ਦੇ ਵਿੱਚ ਸਭ ਤੋਂ ਵੱਧ ਚਾਵਲ ਪੈਦਾ ਕਰਨ ਵਾਲਾ ਦੇਸ਼ ਹੈਗਾ ਜਿਹੜਾ ਕਿਹੜਾ ਹੈ ਸੰਸਾਰ ਭਰ ਦੇ ਵਿੱਚੋਂ ਸਭ ਤੋਂ ਵੱਧ ਚਾਵਲ ਕਿਹੜਾ ਦੇਸ਼ ਪੈਦਾ ਕਰਦਾ ਹੈਗਾ ਸਭ ਤੋਂ ਵੱਧ অপਸ਼ਨ A ਭਾਰਤ B ਚੀਨ C ਬੰਗਲਾਦੇਸ਼ D ਅਮਰੀਕਾ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ অপਸ਼ਨ B ਚੀਨ ਹੈਗਾ ਜਿਹੜਾ ਚੀਨ ਦੇ ਸਭ ਤੋਂ ਜ਼ਿਆਦਾ ਚਾਵਲ ਪੈਦਾ ਕਰਦਾ ਹੈ ਸੰਸਾਰ ਭਰ ਦੇ ਵਿੱਚ ਤਾਂ ਇਹ ਕਹਿ ਸਕਦੇ ਆ ਕਿ 36% ਪੂਰੀ ਦੁਨੀਆ ਦੇ 36% ਚੌਲ ਨੇਗੇ ਜਿਹੜੇ ਅਮਰੀਕਾ ਪੈਦਾ ਕਰਦਾ ਹੈਗਾ ਉਸ ਤੋਂ ਬਾਅਦ ਜਿਹੜਾ ਸੈਕੰਡ ਨੰਬਰ ਤੇ ਹੈਗਾ ਉਹ ਹੈ ਜੀ ਭਾਰਤ ਭਾਰਤ ਹੈਗਾ ਜਿਹੜਾ 20% ਚੌਲ ਨੇਗੇ ਜਿਹੜੇ ਪੈਦਾ ਕਰਦਾ ਹੈਗਾ ਠੀਕ ਹੈ ਪੂਰੀ ਦੁਨੀਆ ਦੇ ਉਸ ਤੋਂ ਬਾਅਦ ਚੱਲਦੇ ਆ ਜੀ ਪ੍ਰਸ਼ਨ ਨੰਬਰ 3 ਦੇ ਵੱਲ ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈਗਾ सिविल सर्विसेज ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ অপশন A ਲਾਰਡ ਕਰਜਨ B ਲਾਰਡ ਡਲਹੌਜੀ C ਲਾਰਡ ਵਿਲੀਅਮ D ਲਾਰਡ ਕਾਰਨ ਵਾਲਿਸ ਰਾਈਟ ਆਨਸਰ ਹੈਗਾ ਉਹ ਹੈ ਜੀ অপশন D ਲਾਰਡ ਕਰਨ ਵਾਲਿਸ ਠੀਕ ਹੈ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 4 ਤੇ ਵੱਲ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦੇਣਾ ਹੈਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਦੇ ਵਿੱਚ ਨਾਲ ਦੀ ਨਾਲ ਚੈਟ ਦੇ ਵਿੱਚ ਤੁਸੀਂ ਨੇ ਦੱਸਣਾ ਹੈ ਕਿ ਕਿਹੜੀ ਆਪਸ਼ਨ ਹੈਗੀ ਇਸ ਦੀ ਸਹੀ ਹੈ ਤੇ ਕਲਾਸ ਤੇ ਸਮਾਪਤ ਹੋ ਜਾਣ ਤੋਂ ਬਾਅਦ ਤੁਸੀਂ ਨੇ ਇਹ ਦੱਸਣਾ ਹੈ ਕਮੈਂਟ ਕਰਕੇ ਕਿ ਤੁਹਾਡੇ ਕਿੰਨੇ ਪ੍ਰਸ਼ਨ ਇਸ ਸੀਰੀਜ਼ ਦੇ ਵਿੱਚੋਂ ਸਹੀ ਸੀਗੇ ਠੀਕ ਹੈ ਪ੍ਰਸ਼ਨ ਨੰਬਰ 4 ਕੋਇਲੇ ਦੀਆਂ ਚਾਰ ਕਿਸਮਾਂ ਦੇ ਵਿੱਚੋਂ ਸਭ ਤੋਂ ਵਧੀਆ ਕਿਸਮ ਹੈ ਜਿਹੜੀ ਉਹ ਕਿਹੜੀ ਹੈ ਆਪਸ਼ਨ A ਐਂਥ੍ਰੈਸਾਈਟ B ਪੀਟ C ਬਿਟੂਮਿਨਸ ਡੀ ਲਿਗਾਨਾਈਟ ਤਾਂ ਇਸ ਦਾ ਰਾਈਟ ਆਨਸਰ ਹੈਗਾ ਜਿਹੜਾ ਸਭ ਤੋਂ ਵਧੀਆ ਕਿਸਮ ਹੈ ਉਹ ਹੈ ਜੀ ਆਪਸ਼ਨ ਏ ਐਂਥ੍ਰੇਸਾਈਟ ਤੇ ਜੇਕਰ ਸਭ ਤੋਂ ਘਟੀਆ ਕਿਸਮ ਪੁੱਛ ਲੈਣ ਉਹ ਹੈ ਜੀ ਆਪਸ਼ਨ ਬੀ ਪੀਟ ਘਟੀਆ ਕਿਸਮ ਪੀਟ ਹੈਗੀ ਸਭ ਤੋਂ ਵਧੀਆ ਕਿਸਮ ਐਂਥ੍ਰੇਸਾਈਟ ਹੈਗੀ ਠੀਕ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 5 ਦੇ ਵੱਲ ਲਹੂ ਦੀ ਲੋ ਕਿਸ ਦੀ ਰਚਨਾ ਹੈ ਪ੍ਰਸ਼ਨ ਨੰਬਰ 5 ਲਹੂ ਦੀ ਲੋ ਕਿਸ ਦੀ ਰਚਨਾ ਹੈ ਆਪਸ਼ਨ ਏ ਜਸਵੰਤ ਸਿੰਘ ਕੰਬਲ ਬੀ ਅਮਰਤਾ ਪ੍ਰੀਤਮ ਸੀ ਗੁਰਦਿਆਲ ਸਿੰਘ ਡੀ ਨਾਨਕ ਸਿੰਘ ਤਾਂ ਰਾਈਟ ਆਨਸਰ ਹੈਗਾ ਜਿਹੜਾ ਇਸ ਦਾ ਉਹ ਹੈ ਜੀ অপਸ਼ਨ ਏ ਜਸਵੰਤ ਸਿੰਘ ਕੰਬਲ ਦੀ ਰਚਨਾ ਹੈਗੀ ਲਹੂ ਦੀ ਲੋ ਠੀਕ ਹੈ ਪ੍ਰਸ਼ਨ ਨੰਬਰ 6 ਦੇ ਵੱਲ ਚੱਲਦੇ ਹਾਂ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ਸੀਗੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ অপਸ਼ਨ ਏ 31 ਦਸੰਬਰ 1604 ਬੀ 31 ਦਸੰਬਰ 1600 ਸੀ 20 ਜੂਨ 1600 ਡੀ 31 ਮਾਰਚ 1599 ਤਾਂ ਰਾਈਟ ਆਨਸਰ ਹੈਗਾ 31 ਦਸੰਬਰ 1600 31 ਦਸੰਬਰ 1600 ਦੇ ਵਿੱਚ ইস্ট ਇੰਡੀਆ ਕੰਪਨੀ ਦੀ ਸਥਾਪਨਾ ਹੈਗੀ ਜਿਹੜੀ ਹੋਈ ਸੀ ਅੱਗੇ ਪ੍ਰਸ਼ਨ ਨੰਬਰ 7 ਤੇ ਵੱਲ ਚੱਲਦੇ ਆਂ ਸਰੀਰ ਦੇ ਵਿੱਚ ਲੋਹੇ ਦੀ ਘਾਟ ਦੇ ਕਾਰਨ ਕਿਹੜਾ ਰੋਗ ਹੁੰਦਾ ਹੈਗਾ ਸਾਇੰਸ ਦੇ ਵਿੱਚੋਂ ਕਹਿ ਸਕਦੇ ਆਂ ਠੀਕ ਹੈ ਆਪਸ਼ਨ A 베ਰੀ 베리 B ਅਨੀਮੀਆ C ਗਿੱਲੜ D 체ਚਕ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਆਪਸ਼ਨ ਬੀ ਅਨੀਮੀਆ ਹੈਗਾ ਜਿਹੜਾ ਲੋਹੇ ਦੀ ਘਾਟ ਦੇ ਕਾਰਨ ਹੁੰਦਾ ਹੈਗਾ ਅਨੀਮੀਆ ਠੀਕ ਹੈ ਚਲੋ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8 ਦੇ ਵੱਲ ਹੇਠ ਲਿਖੀ ਕਿਸ ਅਤਾਤ ਵਿੱਚੋਂ ਕਰੰਟ ਲੰਘਦਾ ਹੈ ਇਹ ਵੀ ਸਾਇੰਸ ਦਾ ਆਪਸ਼ਨ ਏ ਲੱਕੜੀ ਬੀ ਰਬੜ ਸੀ ਗਰੇਫਾਈਟ ਡੀ ਲੋਹਾ ਤਾਂ ਦੇਖੋ ਲੋਹਾ ਤਾਂ ਧਾਤ ਹੋ ਗਿਆ ਧਾਤ ਦੇ ਵਿੱਚੋਂ ਪੁੱਛਿਆ ਗਿਆ ਗਰੇਫਾਈਟ ਇਸ ਦਾ ਰਾਈਟ ਆਨਸਰ ਹੋਏਗਾ ਗਰੇਫਾਈਟ ਹੈਗੀ ਜਿਹੜੀ ਇੱਕ ਅਤਾਤ ਹੈ ਪਰ ਅਤਾਤ ਵਾਲਾ ਇਸ ਦੇ ਵਿੱਚ ਇੱਕ ਗੁਣ ਨਹੀਂ ਹੈਗਾ ਅਤਾ ਜੋ ਕਿ ਧਾਤ ਦੇ ਵਿੱਚ ਤਾਂ ਹੁੰਦਾ ਹੈਗਾ ਉਹ ਗੁਣ ਕਰੰਟ ਲੰਘਣ ਵਾਲਾ ਧਾਤ ਦੇ ਵਿੱਚੋਂ ਤਾਂ ਕਰੰਟ ਲੰਘਦਾ ਹੈ ਪਰ ਇਹ ਅਤਾਤ ਹੁੰਦੇ ਹੋਏ ਵੀ ਇਸ ਦੇ ਵਿੱਚੋਂ ਕਰੰਟ ਨਹੀਂ ਕਰੰਟ ਲੰਘ ਜਾਂਦਾ ਨਾਲੇ ਤਾਂ ਇਹ ਅਤਾਤ ਹੁੰਦੀਆਂ ਨਾਲ ਇਸ ਦੇ ਵਿੱਚੋਂ ਕਰੰਟ ਲੰਘਦਾ ਹੈ ਗਰੇਫਾਈਟ ਆਪਸ਼ਨ ਪ੍ਰਸ਼ਨ ਨੰਬਰ 9 ਦੇ ਵੱਲ ਚੱਲਦੇ ਆ ਖਾਨਾ ਬਦੋਸ਼ ਕਿਸ ਦੀ ਸਵੈ ਜੀਵਨੀ ਹੈ অপਸ਼ਨ ਏ ਦਲੀਪ ਕੌਰ ਟਿਵਾਣਾ ਬੀ ਅਮਰਤਾ ਪ੍ਰੀਤਮ ਸੀ ਅਜੀਤ ਕੌਰ ਡੀ सुरेंद्र ਕੌਰ ਤਾਂ ਇਸ ਦਾ ਰਾਈਟ ਆਨਸਰ ਹੈਗਾ ਉਹ ਹੈ ਜੀ অপਸ਼ਨ ਸੀ ਅਜੀਤ ਕੌਰ ਦੀ ਸਵੈ ਜੀਵਨੀ ਹੈ ਕਿ ਖਾਨਾ ਬਦੋਸ਼ ਠੀਕ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 10 ਦੇ ਵੱਲ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਹੋਇਆ অপਸ਼ਨ ਏ 15 ਅਗਸਤ 1940 ਬੀ 8 ਅਗਸਤ 1942 ਸੀ 20 ਦਸੰਬਰ 1941 ਡੀ 26 ਜਨਵਰੀ 1945 ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ 8 ਅਗਸਤ 1942 ਆਪਸ਼ਨ ਬੀ ਰਾਈਟ ਆਨਸਰ ਹੈਗਾ ਠੀਕ ਹੈ ਇਸ ਤੋਂ ਅਗਲੇ ਦਿਨ ਇਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਅੰਦੋਲਨ ਜਿਨ੍ਹਾਂ ਨੇ ਕੀਤਾ ਸੀਗਾ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 11 ਦੇ ਵੱਲ ਭਾਰਤ ਦੇ ਵਿੱਚ ਗਊ ਹੱਤਿਆ ਦੇ ਉੱਤੇ ਪਾਬੰਦੀ ਹੈ ਠੀਕ ਹੈ ਕਿਸ ਆਰਟੀਕਲ ਦੇ ਤਹਿਤ ਹੈ ਗੀਏ ਹੈ ਭਾਰਤ ਦੇ ਵਿੱਚ ਗਊ ਹੱਤਿਆ ਤੇ ਪਾਬੰਦੀ ਕਿਸ ਆਰਟੀਕਲ ਦੇ ਤਹਿਤ ਹੈ অপਸ਼ਨ A ਆਰਟੀਕਲ 40 B ਆਰਟੀਕਲ 48 C ਆਰਟੀਕਲ 58 D ਆਰਟੀਕਲ 60 ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ অপਸ਼ਨ B ਆਰਟੀਕਲ 48 ਦੇ ਤਹਿਤ ਭਾਰਤ ਦੇ ਵਿੱਚ ਗਊ ਹੱਤਿਆ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਠੀਕ ਹੈ ਆਰਟੀਕਲ 48 ਹੈਗਾ ਉਹ ਸੋ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਦੇ ਨਾਲ ਜੁੜ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾਗਾ ਤੇ ਨਾਲ ਹੀ ਜੇਕਰ ਤੁਸੀਂ ਹੋਰ ਸਬਜੈਕਟਾਂ ਦੀ ਵੀ ਤਿਆਰੀ ਕਰਨਾ ਚਾਹੁੰਦੇ ਹੋ ਜਿਵੇਂ ਕਿ ਮੈਥ ਰੀਜ਼ਨਿੰਗ ਪੰਜਾਬ ਜੀਕੇ ਉਹਨਾਂ ਦੀ ਅਲੱਗ ਤੋਂ ਪਲੇਲਿਸਟਾਂ ਬਣੀਆਂ ਪਈਆਂ ਨੇ ਉਹ ਜਾ ਕੇ ਤੁਸੀਂ ਦੇਖ ਸਕਦੇ ਹੋ 40 ਕਲਾਸਾਂ ਦੀ ਪਲੇਲਿਸਟ ਬਣੀ ਹੋਈ ਆ ਮੈਥਮੈਟਿਕਸ ਦੀ ਠੀਕ ਆ ਉਹ ਸਾਰਾ ਤੁਸੀਂ ਦੇਖ ਲੈਣਾਗਾ ਤੇ ਰੀਜ਼ਨਿੰਗ ਦੀ 21 ਕਲਾਸਾਂ ਦੀ ਪਲੇਲਿਸਟ ਹੈ ਉਹ ਸਾਰੀਆਂ ਦੇਖ ਲੈਣੀਆਂ ਲਗਭਗ ਕੰਪਲੀਟ ਹੋ ਜਾਏਗਾ ਤੁਹਾਡਾ ਤੇ ਪੰਜਾਬ ਜੀਕੇ ਦੀ 27 ਕਲਾਸ ਦੀ ਪਲੇਲਿਸਟ ਬਣੀ ਹੋਈ ਹੈ ਇਹ ਤਿੰਨੋਂ ਪਲੇਲਿਸਟਾਂ ਤੁਸੀਂ ਨੇ ਜ਼ਰੂਰ ਦੇਖ ਲੈਣੀਆਂ ਲੱਗਿਆ ਹਰ ਇੱਕ ਇਗਜ਼ਾਮ ਦੇ ਵਾਸਤੇ ਇੰਪੋਰਟੈਂਟ ਨਹੀਂ ਆ ਚਲੋ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਦੇ ਵੱਲ ਹੇਠ ਲਿਖਿਆਂ ਵਿੱਚੋਂ ਕਿਸ ਵਿੱਚ ਕਲੋਰੋਫਿਲ ਹੁੰਦਾ ਹੈ ਕਲੋਰੋਫਿਲ ਜੀਤੋ ਮਤਲਬ ਕਿ ਇੱਕ ਹਰਾ ਰੰਗ ਕਹਿ ਸਕਦੇ ਹਾਂ ਜਿਵੇਂ ਕਿ ਪੌਦਿਆਂ ਦੇ ਵਿੱਚ ਹੁੰਦਾ ਹੈ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਨੇ ਉਸ ਦੇ ਕਰਕੇ ਤਾਂ ਇਹ ਕਿਸ ਚੀਜ਼ ਦੇ ਵਿੱਚ ਹੁੰਦਾ ਹੈ ਇਹਨਾਂ ਦੇ ਵਿੱਚੋਂ ਆਪਸ਼ਨ A ਉల్లి B ਜੀਵਾਣੂ ਸੀ ਬੈਕਟੀਰੀਆ ਡੀ ਕਾਈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਦੇਖੋ ਇਹਨਾਂ ਦੇ ਵਿੱਚੋਂ ਹਰੀ ਚੀਜ਼ ਕਿਹੜੀ ਹੈਗੀ ਹਰੀ ਚੀਜ਼ ਕਾਈ ਹੁੰਦੀ ਹੈ ਤਾਂ ਕਾਈ ਦੇ ਵਿੱਚ ਇਹ ক্লোরোਫਿਲ ਹੈਗਾ ਜਿਹੜਾ ਹੁੰਦਾ ਹੈ অপਸ਼ਨ ਡੀ ਰਾਈਟ ਆਨਸਰ ਹੋਏਗਾ ਪਰ ਕਾਈ ਦੇ ਵਿੱਚ ਹੁੰਦਾ ਤਾਂ ਹੈ ਇਹ ਪਰ ਕਾਈ ਆਪਣਾ ਭੋਜਨ ਆਪ ਨਹੀਂ ਤਿਆਰ ਕਰ ਸਕਦੀ ਇਹ ਕਿਸੇ ਨਾਲ ਮਤਲਬ ਕਿ ਰਿਲੇਸ਼ਨ ਕਰਕੇ ਕਿਸੇ ਹੋਰ ਜੀਵ ਦੇ ਨਾਲ ਹਨਾ ਉਹ ਭੋਜਨ ਤਿਆਰ ਕਰਦੀ ਆ ਪਰ ਜਿਹੜੇ ਪੌਦੇ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਕਲੋਰੋਫਿਲ ਹੁੰਦਾ ਹੈ ਤੇ ਉਹ ਆਪਣਾ ਭੋਜਨ ਆਪ ਤਿਆਰ ਕਰ ਲੈਂਦੇ ਨੇ ਕਾਈ ਦੇ ਵਿੱਚ ਕਲੋਰੋਫਿਲ ਹੁੰਦੇ ਹੋਏ ਵੀ ਇਹ ਭੋਜਨ ਨਹੀਂ ਤਿਆਰ ਕਰ ਸਕਦੀ ਜਿਵੇਂ ਕਿ ਤੁਹਾਨੂੰ ਇੱਕ ਸਾਇੰਸ ਦੀ ਕਲਾਸ ਦੇ ਵਿੱਚ ਆਪਾਂ ਦੱਸਿਆ ਸੀਗਾ ਬਾਕੀ ਜਿਹੜੀ ਆਪਾਂ ਮੈਰਾਥਨ ਕਲਾਸ ਲੈ ਕੇ ਆਵਾਂਗੇ ਉਸ ਤੇ ਵਿੱਚ ਦੱਸ ਦਾਂਗੇ ਠੀਕ ਹੈ ਜਿਵੇਂ ਕਿ ਪੋਲੀਟੀਕਲ ਵਗੈਰਾ ਹੋਗਾ ਸਾਰੀ ਆਪਾਂ ਮੈਰਾਥਨ ਕਲਾਸਾਂ ਦੇ ਵਿੱਚ ਕੰਪਲੀਟ ਕਰ ਲਾਂਗੇ ਲਗਭਗ ਜਿਵੇਂ ਕਿ ਤੁਹਾਡੇ ਸਿਲੇਬਸ ਦੇ ਵਿੱਚ ਪੋਲੀਟੀਕਲ ਇਸ਼ੂ এনवायरमेंट ਇਸ਼ੂ ਠੀਕ ਹੈ ਹਿਸਟਰੀ ਹੋਗਾ ਇਹ ਸਾਰਾ ਕੁਝ ਆਪਾਂ ਅਲੱਗ-ਅਲੱਗ ਮੈਰਾਥਨ ਕਲਾ ਪ੍ਰਸ਼ਨ ਨੰਬਰ 13 ਦੇ ਵੱਲ ਚਲਦੇ ਹਾਂ ਲਫ਼ਜ਼ਾਂ ਦੀ ਦਰਗਾਹ ਠੀਕ ਹੈ ਸੁਰਜੀਤ ਪਾਤਰ ਜੀ ਦੀ ਰਚਨਾ ਹੈ ਇਸ ਰਚਨਾ ਦੇ ਲਈ ਸੁਰਜੀਤ ਪਾਤਰ ਜੀ ਨੂੰ ਸਰਸਵਤੀ ਅਵਾਰਡ ਮਿਲਿਆ ਸੀਗਾ ਕਦੋਂ ਮਿਲਿਆ ਸੀਗਾ ਇਹ ਅਵਾਰਡ ਆਪਸ਼ਨ A 2009 B 2015 C 2002 D 2005 ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਆਪਸ਼ਨ A 2009 ਦੇ ਵਿੱਚ ਲਫ਼ਜ਼ਾਂ ਦੀ ਦਰਗਾਹ ਰਚਨਾ ਦੇ ਲਈ ਜਿਹੜਾ ਸਰਸਵਤੀ ਅਵਾਰਡ ਮਿਲਿਆ ਸੀਗਾ ਸੁਰਜੀਤ ਪਾਤਰ ਜੀ ਨੂੰ ਅੱਗੇ ਚਲਦੇ ਹਾਂ ਪ੍ਰਸ਼ਨ ਨੰਬਰ 14 ਦੇ ਵੱਲ ਜਰਗ ਦੇ ਮੇਲੇ ਦੇ ਵਿੱਚ ਕਿਸ ਨੂੰ ਪ੍ਰਸ਼ਾਦ ਚੜਾਇਆ ਜਾਂਦਾ ਹੈਗਾ ਠੀਕ ਹੈ অপਸ਼ਨ A ਸ਼ੇਰ ਨੂੰ B ਚੀਤੇ ਨੂੰ C ਗਧੇ ਨੂੰ D ਹਾਥੀ ਨੂੰ ਤਾਂ ਰਾਈਟ ਆਨਸਰ ਹੈਗਾ ਉਹ ਹੈ ਜੀ অপਸ਼ਨ C ਗਧੇ ਨੂੰ ਜਰਗ ਦੇ ਮੇਲੇ ਦੇ ਵਿੱਚ ਗਧੇ ਨੂੰ ਪ੍ਰਸ਼ਾਦ ਚੜਾਇਆ ਜਾਂਦਾ ਹੈਗਾ ਪ੍ਰਸ਼ਨ ਨੰਬਰ 15 ਸਫੈਦ ਪ੍ਰਕਾਸ਼ ਕਿੰਨੇ ਰੰਗਾਂ ਦਾ ਮਿਸ਼ਰਣ ਹੁੰਦਾ ਹੈਗਾ অপਸ਼ਨ A ਇੱਕ ਰੰਗ ਦਾ ਦੇਖੋ ਕਹਿ ਸਕਦੇ ਆ ਕਿ ਵਾਈਟ ਜਾ ਰੰਗ ਹੁੰਦਾ ਹੈ ਚਲੋ ਅੱਗੇ ਚੱਲਦੇ ਆਂ ਪੰਜ ਰੰਗਾਂ ਦਾ ਦੇਖੋ B ਤਿੰਨ ਰੰਗਾਂ ਦਾ ਜਾਂ ਫਿਰ ਸੱਤ ਰੰਗਾਂ ਦਾ ਤਾਂ ਇਸ ਦਾ ਜਿਹੜਾ ਰਾਈਟ ਰਾਈਟ ਆਨਸਰ ਹੈਗਾ ਨਾ ਉਹ ਹੈ ਜੀ ਆਪਸ਼ਨ ਡੀ ਸੱਤ ਰੰਗਾਂ ਦਾ ਮਿਸ਼ਰਣ ਹੁੰਦਾ ਹੈਗਾ ਜਿਹੜਾ ਇੱਕ ਸਫੈਦ ਪ੍ਰਕਾਸ਼ ਹੁੰਦਾ ਹੈ ਜਿਵੇਂ ਕਿ ਪ੍ਰਿਜ਼ਮ ਦੇ ਵਿੱਚੋਂ ਕਹਿੰਦੇ ਹੁੰਦੇ ਸੀ ਕਿ ਆਪਾਂ ਕਿ ਪ੍ਰਕਾਸ਼ ਜਦੋਂ ਲੰਘਦਾ ਹੈ ਉਹ ਸੱਤ ਰੰਗਾਂ ਦੇ ਵਿੱਚ ਟੁੱਟ ਜਾਂਦਾ ਹੈ ਇਸੇ ਤਰ੍ਹਾਂ ਠੀਕ ਹੈ ਜਿਵੇਂ ਸੱਤ ਰੰਗੀ ਪਿੰਗ ਦੇਖਦੇ ਆ ਉਹ ਪਾਣੀ ਦੇ ਵਿੱਚੋਂ ਜਦੋਂ ਲੰਘਦੀ ਹੈ ਜਦੋਂ ਬੂੰਦਾਬੰਦੀ ਮੀਂਹ ਪੈ ਕੇ ਹਟਿਆ ਹੁੰਦਾ ਤਾਂ ਸੂਰਜ ਦੀ ਰੋਸ਼ਨੀ ਉਸ ਦੇ ਵਿੱਚੋਂ ਦੀ ਚਮਕਦੀ ਆ ਹੈ ਹਨਾ ਤਾਂ ਉਸ ਤੋਂ ਆਪਾਂ ਨੂੰ ਪਤਾ ਚੱਲਦਾ ਉਹ ਸੱਤ ਰੰਗਾਂ ਦਾ ਹੈ ਸੱਤ ਰੰਗਾਂ ਦਾ ਇਹ ਮਿਸ਼ਰਣ ਹੁੰਦਾ ਹੈਗਾ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 16 ਦੇ ਵੱਲ ਵਿਸ਼ਵ ਜਲ ਦਿਵਸ ਕਦੋਂ ਮਨਾਇਆ ਜਾਂਦਾ ਹੈਗਾ ਆਪਸ਼ਨ ਏ 5 ਜੂਨ ਬੀ 20 ਮਾਰਚ ਸੀ 22 ਮਾਰਚ ਡੀ 26 ਜਨਵਰੀ ਤਾਂ ਇਸਦਾ ਰਾਈਟ ਆਨਸਰ ਹੈਗਾ 22 ਮਾਰਚ 22 ਮਾਰਚ ਨੂੰ ਵਿਸ਼ਵ ਜਲ ਦਿਵਸ ਹੈਗਾ ਜਿਹੜਾ ਮਨਾਇਆ ਜਾਂਦਾ ਹੈਗਾ ਵਿਸ਼ਵ ਜਲ ਦਿਵਸ 22 ਮਾਰਚ ਪ੍ਰਸ਼ਨ ਨੰਬਰ 17 ਦੇ ਵੱਲ ਚੱਲਦੇ ਹਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ ਇੰਡੀਅਨ ਨੈਸ਼ਨਲ ਕਾਂਗਰਸ ਜੋ ਆਈ ਐਨ ਸੀ ਜੋ ਅੱਜ ਦੇ ਟਾਈਮ ਦੇ ਵਿੱਚ ਕਾਂਗਰਸ ਹੈ ਕਹਿ ਸਕਦੇ ਹਾਂ ਕਾਂਗਰਸ ਪਾਰਟੀ ਉਸ ਦੀ ਸਥਾਪਨਾ ਕਿਸ ਨੇ ਕੀਤੀ ਆਪਸ਼ਨ ਏ ਏ ਓ ਹਿਊਮ ਬੀ ਮਹਾਤਮਾ ਗਾਂਧੀ ਸੀ ਜਵਾਹਰ ਲਾਲ ਨਹਿਰੂ ਡੀ ਲਾਰਡ ਡਲਹੌਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਆਪਸ਼ਨ ਏ ਏ ਓ ਹਿਊਮ ਨੇ ਸਥਾਪਨਾ ਕੀਤੀ ਸੀਗੀ 28 ਦਸੰਬਰ 1885 1885 ਦੇ ਵਿੱਚ ਇਸ ਦੀ ਸਥਾਪਨਾ ਕੀਤੀ ਸੀਗੀ ਠੀਕ ਹੈ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 18 ਦੇ ਵੱਲ ਕੀੜੀ ਦੇ ਡੰਗ ਦੇ ਵਿੱਚ ਕਿਹੜਾ ਐਸਿਡ ਹੁੰਦਾ ਹੈ ਆਪਸ਼ਨ A ਫਾਰਮਿਕ ਐਸਿਡ B ਐਸਟਿਕ ਐਸਿਡ C ਲੈਕਟਿਕ ਐਸਿਡ D ਸਿਟਰਿਕ ਐਸਿਡ ਤਾਂ ਰਾਈਟ ਆਨਸਰ ਹੈਗਾ ਜਿਹੜਾ ਇਸ ਦਾ ਫਾਰਮਿਕ ਐਸਿਡ ਹੁੰਦਾ ਹੈਗਾ ਕੀੜੀ ਦੇ ਡੰਗ ਦੇ ਵਿੱਚ ਆਪਸ਼ਨ A ਰਾਈਟ ਆਨਸਰ ਹੈ ਗਾਇਸ ਦਾ ਫਾਰਮਿਕ ਐਸਿਡ ਪ੍ਰਸ਼ਨ ਨੰਬਰ 19 ਦੇ ਵੱਲ ਚਲਦੇ ਆਂ ਹੇਠ ਲਿਖਿਆਂ ਵਿੱਚੋਂ ਚੁੰਬਕੀ ਪਦਾਰਥ ਕਿਹੜਾ ਹੈਗਾ ਜਿਹੜੇ ਹੇਠਾਂ ਦਿੱਤੇ ਹੋਏ ਨੇ ਉਹਨਾਂ ਦੇ ਵਿੱਚੋਂ ਚੁੰਬਕੀ ਪਦਾਰਥ ਹੈਗਾ ਜਿਹੜਾ ਉਹ ਫਾਈਂਡ ਕਰਨਾ ਹੈ ਆਪਸ਼ਨ A ਲੋਹਾ B ਕੋਬਾਲਟ C ਨਿਕਲ ਜਾਂ ਫਿਰ D ਸਾਰੇ ਹੀ ਤਾਂ ਦੇਖੋ ਇਹ ਤਿੰਨੋਂ ਚੁੰਬਕੀ ਪਦਾਰਥ ਨੇਗੇ ਤਾਂ ਇਹ ਜਿਹੜਾ ਇਸ ਦਾ ਰਾਈਟ ਆਨਸਰ ਹੋਏਗਾ ਉਹ ਹੋਏਗਾ ਜੀ অপਸ਼ਨ ਡੀ ਸਾਰੇ ਹੀ ਇਹੋ ਤਿੰਨੋਂ ਨੇ ਜਿਹੜੇ ਚੁੰਬਕੀ ਪਦਾਰਥ ਨੇਗੇ ਪ੍ਰਸ਼ਨ ਨੰਬਰ 20 ਦੇ ਵੱਲ ਚਲਦੇ ਆ ਸਾਡੇ ਸਰੀਰ ਦੇ ਕਿਸ ਅੰਗ ਨੂੰ ਕੈਮੀਕਲ ਫੈਕਟਰੀ ਕਿਹਾ ਜਾਂਦਾ ਹੈਗਾ ਸਾਡੇ ਸਰੀਰ ਦੇ ਕਿਸ ਅੰਗ ਨੂੰ ਕੈਮੀਕਲ ਫੈਕਟਰੀ ਕਿਹਾ ਜਾਂਦਾ ਹੈ অপਸ਼ਨ ਏ ਲੀਵਰ ਬੀ ਗੁਰਦੇ ਸੀ ਦਿਲ ਡੀ ਫੇਫੜੇ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ অপਸ਼ਨ ਏ ਲੀਵਰ ਨੂੰ ਠੀਕ ਹੈ ਲੀਵਰ ਨੂੰ ਕੈਮੀਕਲ ਫੈਕਟਰੀ ਹੈਗਾ ਜਿਹੜਾ ਕਿਹਾ ਜਾਂਦਾ ਹੈ ਸਾਡੇ ਸਰੀਰ ਦੇ ਅੰਗ ਨੂੰ ਠੀਕ ਹੈ ਸੋ ਦੱਸਣਾ ਹੈਗਾ ਤੁਹਾਡੇ ਕਿੰਨੇ ਕੁਐਸਚਨ ਨੇਗੇ ਜਿਹੜੇ ਅੱਜ ਦੀ ਕਲਾਸ ਦੇ ਵਿੱਚੋਂ ਸਹੀ ਨੇ ਤੇ ਨਾਲ ਹੀ ਜੇਕਰ ਤੁਹਾਨੂੰ ਕਲਾਸ ਵਧੀਆ ਲੱਗੇ ਲਾਈਕ ਜ਼ਰੂਰ ਕਰਨਾ ਹੈਗਾ ਤੇ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਸੋ ਜੇਕਰ ਤੁਸੀਂ ਕਿਸੇ ਵੀ ਐਗਜ਼ਾਮ ਦੇ ਸਟੱਡੀ ਨੋਟਸ ਲੈਣੇ ਨੇ ਜਿਹੜੇ ਪ੍ਰਾਪਤ ਕਰਨਾ ਚਾਹੁੰਦੇ ਹੋ ਗੂਗਲ ਦੇ ਵਿੱਚ ਜਾ ਕੇ ਤੁਸੀਂ ਨੇ ਸਰਚ ਕਰ ਲੈਣੇਗਾ ਪੰਜ ਆਪ ਸਟੱਡੀ ਤੇ ਉੱਥੇ ਤੁਹਾਨੂੰ ਆਪਣੀ ਵੈਬਸਾਈਟ ਮਿਲ ਜਾਏਗੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਸਬਜੈਕਟ ਵਾਈਜ਼ ਨੋਟਸ ਲੂਗੇ ਜਿਹੜੇ ਰੀਡ ਕਰ ਸਕਦੇ ਹੋ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਵੀਡੀਓ ਨੂੰ ਲਾਈਕ ਕਰਕੇ ਜਾਣਾ ਧੰਨਵਾਦ